ਸਤਿ ਸ਼੍ਰੀ ਅਕਾਲ ਦੋਸਤੋ, zordartimes.com ਤੇ ਅੱਜ ਦੀ ਖਾਸ ਚਰਚਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅਤੇ ਇਹ ਖਾਸ ਚਰਚਾ ਹੈ ਭਗਵੰਤ ਮਾਨ ਬਨਾਮ ਸੁਖਪਾਲ ਖਹਿਰਾ, ਜਾਂ ਕਿ ਇਹ ਚਰਚਾ ਹੈ ਦਿੱਲੀ ਬਨਾਮ ਪੰਜਾਬ, ਜਾਂ ਕਿ ਇਹ ਚਰਚਾ ਹੈ ਖਹਿਰੇ ਦੀ ਕੁਰਸੀ ਬਨਾਮ ਮਾਨ ਦੀ ਕੁਰਸੀ। ਇਹ ਸਾਰੇ ਪਹਿਲੂਆਂ ਦੇ ਉੱਤੇ, ਤੱਥਾਂ ਦੇ ਆਧਾਰ ਦੇ ਉੱਤੇ ਅਤੇ ਜੋ ਪਿਛਲੇ ਦਿਨਾਂ 'ਚ ਘਟਨਾਕ੍ਰਮ ਹੋਇਆ, ਦਲੀਲਾਂ ਦੇ ਆਧਾਰ ਦੇ ਉੱਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ, ਕੱਲ੍ਹ ਤੋਂ ਪਿੱਛੇ ਵੱਲ ਚੱਲਾਂਗੇ, ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੋ ਮਾਹੌਲ ਬਣਿਆ ਉਸ ਤੋਂ ਅੱਗੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮਾਨ ਦੀ, ਭਗਵੰਤ ਮਾਨ ਦੀ ਜੋ ਕੱਲ੍ਹ ਪ੍ਰੈਸ ਕਾਨਫਰੰਸ ਸੀ, ਉਹਨਾਂ ਨੇ ਜੋ ਜੋ ਗੱਲਾਂ ਕੀਤੀਆਂ ਉਹਦੇ ਆਧਾਰ 'ਤੇ ਕੁਛ ਪੁਆਇੰਟਸ ਜਿਹੜੇ ਆ ਉਹ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਮਾਨ ਸਾਹਿਬ ਨੇ ਬਹੁਤ ਜ਼ਿਆਦਾ ਜ਼ੋਰ ਇਸ ਗੱਲ 'ਤੇ ਦਿੱਤਾ ਕਿ ਉਹਨਾਂ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੈ, ਉਹਨਾਂ ਨੂੰ ਪੰਜਾਬ ਪਿਆਰਾ ਹੈ, ਉਹਨਾਂ ਨੂੰ ਪੰਜਾਬੀ ਪਿਆਰੀ ਹੈ, ਉਹਨਾਂ ਨੂੰ ਪਾਰਟੀ ਪਿਆਰੀ ਹੈ, ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਵਲੰਟੀਅਰਾਂ ਦਾ ਜਾਂ ਆਮ ਪੰਜਾਬੀਆਂ ਦਾ ਜਾਂ ਟ੍ਰੋਲਰਸ ਦਾ ਗੁੱਸੇ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਲਾਈਵ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਲਗਾਤਾਰ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ, ਗਾਲਾਂ ਕੱਢੀਆਂ ਗਈਆਂ ਅਤੇ ਉਹਨਾਂ ਨੂੰ ਪੰਜਾਬ ਦਾ ਗੱਦਾਰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ, ਜੋ ਕਿ ਮੇਰੇ ਖਿਆਲ 'ਚ ਇੱਕ ਚੰਗਾ ਰੁਝਾਨ ਨਹੀਂ ਹੈ। ਖੈਰ, ਸਭ ਤੋਂ ਪਹਿਲਾਂ ਮਾਨ ਸਾਹਿਬ ਨੇ ਜਦੋਂ ਇਹ ਕਿਹਾ ਵੀ ਮੈਨੂੰ ਅਹੁਦਿਆਂ ਦਾ ਲਾਲਚ ਨਹੀਂ, ਤਾਂ ਉਹਨਾਂ ਨੇ ਕੁਝ ਬੰਦਿਆਂ ਦੀਆਂ ਉਦਾਹਰਨਾਂ ਦਿੱਤੀਆਂ ਕਿ ਜਦੋਂ ਐਮ ਪੀ ਦੇ ਆਗੂ ਦੀ ਚੋਣ ਹੋਣੀ ਸੀ ਜਦੋਂ ਲੋਕ ਸਭਾ ਦੇ ਵਿੱਚ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਗਾਂਧੀ ਧਰਮਵੀਰ ਗਾਂਧੀ ਜੀ ਨੂੰ ਲੋਕ ਸਭਾ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਆਗੂ ਬਣਾ ਦਿੱਤਾ ਜਾਵੇ, ਤਾਂ ਉਹਨਾਂ ਨੇ ਕਿਹਾ ਹਾਂਜੀ ਵੀ ਮੈਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੂੰ ਬਣਾ ਦਿੱਤਾ ਜਾਵੇ। ਉਸ ਤੋਂ ਬਾਅਦ ਜਦੋਂ ਪਾਰਟੀ ਪ੍ਰਧਾਨ ਦੀ ਗੱਲ ਆਈ ਤਾਂ ਸੁੱਚਾ ਸਿੰਘ ਛੋਟੇਪੁਰ ਦੇ ਨਾਂ 'ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ, ਸੁੱਚਾ ਸਿੰਘ ਛੋਟੇਪੁਰ ਨੂੰ ਵੀ ਪ੍ਰਧਾਨ ਬਣਾ ਦਿੱਤਾ ਜਾਵੇ। ਸੋ ਇਸ ਤਰ੍ਹਾਂ ਉਹਨਾਂ ਨੇ ਗੁਰਪ੍ਰੀਤ ਘੁੱਗੀ ਹੋਣਾ ਦਾ ਵੀ ਨਾਮ ਗਿਣਾਇਆ। ਪਰ ਜੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਾਰਟੀ ਦੇ ਵਿੱਚ ਜਿਨ੍ਹਾਂ ਦੇ ਨਾਂ 'ਤੇ ਵੀ ਉਹਨਾਂ ਨੇ ਹਾਮੀ ਭਰੀ ਕਿ ਇਹਨਾਂ ਨੂੰ ਬਣਾ ਦਈਏ, ਉਹ ਅੱਜ ਕਿੱਥੇ ਨੇ, ਇਹ ਸਵਾਲ ਥੋੜ੍ਹਾ ਜਿਹਾ ਸੋਚਣ ਲਈ ਮਜਬੂਰ ਕਰ ਦਿੰਦਾ। ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਤਿਆਗ ਕਰਕੇ, ਭਗਵੰਤ ਮਾਨ ਹੋਣਾ ਨੇ ਪਾਰਟੀ ਦੇ ਆਗੂ ਬਣਾਇਆ, ਉਹ ਪਾਰਟੀ ਦੇ ਆਗੂ ਇੱਕ ਇੱਕ ਕਰਕੇ ਪਾਰਟੀ ਤੋਂ ਬਾਹਰ ਹੁੰਦੇ ਚਲੇ ਗਏ, ਕਰ ਦਿੱਤੇ ਗਏ, ਕਿਸ ਮਾਹੌਲ 'ਚ ਕਰ ਦਿੱਤੇ ਗਏ ਉਹ ਇਤਿਹਾਸ ਦੇ ਵਿੱਚ ਜਾਣ ਦੀ ਲੋੜ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅਤੇ ਜਿਹੜਾ ਵਾਰ ਵਾਰ ਉਹਨਾਂ ਨੇ ਇਹ ਗੱਲ ਹਾਈਲਾਈਟ ਕੀਤੀ, ਚਾਹੇ ਉਹ ਮੀਤ ਫੇਅਰ ਦੇ ਜ਼ਰੀਏ ਕੀਤੀ ਹੋਵੇ ਜਾਂ ਨਰਿੰਦਰ ਸ਼ੇਰਗਿੱਲ ਦੇ ਜ਼ਰੀਏ ਕੀਤੀ ਹੋਵੇ, ਕਿ ਇਹ ਉਹ ਲੋਕ ਨੇ ਆਪਣੇ ਆਪ ਨੂੰ ਵੀ ਉਹਨਾਂ ਨੇ ਉਹਨਾਂ 'ਚ ਗਿਣਿਆ ਕਿ ਅਸੀਂ ਪਾਰਟੀ ਬਣਾਈ ਹੈ। ਖਹਿਰਾ ਬਾਅਦ ਵਿੱਚ ਆਇਆ, ਯਾਨੀ ਕਿ ਇੱਥੋਂ ਕਿਤੇ ਨਾ ਕਿਤੇ ਉਹਨਾਂ ਦਾ ਇਹ ਜ਼ਾਹਿਰ ਹੁੰਦਾ ਹੈ ਕਿ ਪਾਰਟੀ ਦੀ ਜਿਹੜੀ ਕਮਾਂਡ ਆ ਉਹ ਆਪਣੇ ਹੱਥ 'ਚ ਰੱਖਣਾ ਚਾਹੁੰਦੇ ਆ, ਇਹਨੂੰ ਆਪਣੀ ਪਾਰਟੀ ਬਣਾ ਕੇ ਰੱਖਣਾ ਚਾਹੁੰਦੇ ਆ ਕਿਸੇ ਹੋਰ ਦੇ ਹੱਥ 'ਚ, ਕਿਤੇ ਨਾ ਕਿਤੇ ਕਮਾਂਡ ਨਾ ਚਲੀ ਜਾਵੇ, ਪਾਰਟੀ ਦੇ ਵਿੱਚ ਕੋਈ ਹੋਰ ਹਾਵੀ ਨਾ ਹੋ ਜਾਵੇ, ਇਹ ਕਿਤੇ ਨਾ ਕਿਤੇ ਉਹਨਾਂ ਦੀ ਗੱਲ 'ਚੋਂ ਝਲਕਦਾ ਆ। ਅਤੇ ਲੱਗਦਾ ਉਹਨਾਂ ਨੂੰ ਵੀ ਇਹ ਪਾਰਟੀ ਤਾਂ ਉਹਨਾਂ ਨੇ ਬਣਾਈ ਆ, ਪਾਰਟੀ ਦੇ ਵਿੱਚ ਜੋ ਉਹ ਕਹਿਣ ਉਹ ਹੋਣਾ ਚਾਹੀਦਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ ਹੈਗਾ। ਅਤੇ ਟਿਕਟ ਦੇ ਦਾਅਵੇਦਾਰਾਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਆ ਕਿ ਕੰਵਰ ਸਾਹਿਬ ਨੂੰ ਟਿਕਟ ਦੀ ਦਾਅਵੇਦਾਰੀ ਸ਼ੇਰਗਿੱਲ ਦੀ ਸੀ ਅਤੇ ਕੰਵਰ ਸਾਹਿਬ ਨੇ ਉੱਥੇ ਟਿਕਟ ਲਈ, ਇਸ ਤਰ੍ਹਾਂ ਕਰਕੇ ਉਹਨਾਂ ਨੇ ਇੱਦਾਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿੱਦਾਂ ਜਿਹੜੇ ਵੀ ਬੰਦੇ ਆਪਣੇ ਖਹਿਰਾ ਸਾਹਿਬ ਦੇ ਨਾਲ ਨੇ ਉਹ ਸਾਰੇ ਹੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਅਨੁਸ਼ਾਸਨ 'ਚ ਰਹਿਣ ਵਾਲੇ ਨਹੀਂ ਹੈਗੇ, ਉਹ ਵਲੰਟੀਅਰਸ ਦੇ ਨਾਲ ਚੱਲਣ ਵਾਲੇ ਨਹੀਂ ਹੈਗੇ, ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਬੰਦੇ ਪੇਸ਼ ਕਰਕੇ ਆਪਣੇ ਨਾਲ ਗਵਾਹ ਖੜ੍ਹੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿੱਦਾਂ ਉਹ ਬਹੁਤ ਅਨੁਸ਼ਾਸਨ 'ਚ ਰਹਿਣ ਵਾਲੇ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਵਲੰਟੀਅਰਸ ਨੇ ਜਾਂ ਜਿਹੜੇ ਹੋਰ ਲੀਡਰਸ ਨੇ ਉਹ ਸਾਰੇ ਅਨੁਸ਼ਾਸਨ ਵਾਲੇ ਨੇ, ਅਤੇ ਜਿਹੜੇ ਖਹਿਰਾ ਧੜੇ ਦੇ ਲੋਕ ਨੇ ਉਹ ਸਾਰੇ ਅਨੁਸ਼ਾਸਨ ਤੋੜਨ ਵਾਲੇ ਲੋਕ ਨੇ। ਇਹਦੇ 'ਚ ਟਾਈਮਿੰਗ ਬੜੀ ਮਹੱਤਵਪੂਰਨ ਹੈ, ਜੋ ਇਹ ਸਾਰਾ ਕੁਛ ਹੋ ਰਿਹਾ ਇਹਦੀ ਟਾਈਮਿੰਗ ਬੜੀ ਮਹੱਤਵਪੂਰਨ ਹੈ। ਟਾਈਮਿੰਗ ਵਾਲੇ ਜੇ ਬਾਰੇ ਜੇ ਦੇਖੀਏ ਤਾਂ 26 ਜੁਲਾਈ 2018 ਨੂੰ ਇਹ ਘਟਨਾਕ੍ਰਮ ਸ਼ੁਰੂ ਹੁੰਦਾ, ਜਦੋਂ ਸ਼ਾਮ ਨੂੰ 5:30 ਵਜੇ ਸੁਖਪਾਲ ਖਹਿਰਾ ਨੂੰ LOP ਤੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ
ਆਗੂ ਦਿਓ ਹਟਾਇਆ ਜਾਂਦਾ। ਉਸ ਤੋਂ ਬਾਅਦ ਸਾਰਾ ਰੌਲਾ ਸ਼ੁਰੂ ਹੁੰਦਾ ਹੈ। ਅਤੇ ਜੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ, ਜ਼ਿਆਦਾ ਪਿੱਛੇ ਨਹੀਂ ਜਾਂਦੇ, ਸਾਲ ਕੁ ਪਿੱਛੇ ਚੱਲਦੇ ਹਾਂ, 2 ਸਾਲ ਪਿੱਛੇ ਚੱਲਦੇ ਹਾਂ, ਜਦੋਂ ਸੁੱਚਾ ਸਿੰਘ ਛੋਟੇਪੁਰ ਹੋਣਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਤੁਸੀਂ ਟਾਈਮਿੰਗ ਨੋਟ ਕਰਿਓ, ਗੌਰ ਕਰਿਓ ਤਰੀਕਾਂ 'ਤੇ, 26 ਅਗਸਤ 2016 ਨੂੰ ਹਟਾਈ ਗਈ। ਅਤੇ ਉਦੋਂ ਛੋਟੇਪੁਰ ਹੋਣਾ ਨੇ ਵੀ ਇਹਨੂੰ ਦਿੱਲੀ ਬਨਾਮ ਪੰਜਾਬ ਦਾ ਮੁੱਦਾ ਕਹਿ ਕੇ ਆਪਣਾ ਜਿਹੜਾ ਅਗਲੀ ਲਹਿਰ ਖੜੀ ਕੀਤੀ ਦਿੱਲੀ ਦੇ ਵਿਰੋਧ 'ਚ, ਪੰਜਾਬ ਦੇ ਮੁੱਦਿਆਂ ਦੀ ਲੜਾਈ। ਉਸ ਬਾਅਦ 'ਚ ਉਹਨਾਂ ਨੇ ਆਪਣੀ ਪਾਰਟੀ ਵੀ ਬਣਾ ਲਈ ਦਿੱਲੀ ਦੇ ਖਿਲਾਫ਼, ਉਹਨੂੰ ਪੰਜਾਬ ਦੀ ਲੜਾਈ ਦੱਸ ਕੇ। ਅਤੇ ਉਦੋਂ ਵੀ ਉਹਨਾਂ ਨੇ ਭਗਵੰਤ ਮਾਨ ਦੇ ਖਿਲਾਫ਼ ਕਾਫ਼ੀ ਕੁਛ ਕਿਹਾ। ਅਤੇ ਇਸ ਤਰ੍ਹਾਂ ਇਹਦੀ ਟਾਈਮਿੰਗ ਦਾ ਇੱਕ ਹੋਰ ਹਿੱਸਾ ਦੇਖੋ ਕਿ 26 ਅਗਸਤ 2016 ਨੂੰ ਜਦੋਂ ਛੋਟੇਪੁਰ ਹਟਾਏ ਗਏ ਤਾਂ 4 ਫਰਵਰੀ 2017 ਨੂੰ ਉਦੋਂ ਚੋਣਾਂ ਸੀਗੀਆਂ। ਕਰੀਬ ਕਰੀਬ ਚੋਣਾਂ ਤੋਂ 6 ਮਹੀਨੇ ਪਹਿਲਾਂ ਛੋਟੇਪੁਰ ਹੋਣਾ ਨੂੰ ਹਟਾਇਆ ਗਿਆ। ਬਹੁਤ ਦਾਅਵਾ ਕੀਤਾ ਜਾਂਦਾ ਸੀ ਕਿ ਮਜ਼ਬੂਤ ਢਾਂਚਾ ਛੋਟੇਪੁਰ ਹੋਣਾ ਨੇ ਖੜ੍ਹਾ ਕੀਤਾ, ਸਾਰਾ ਵੋਟ ਦੀ ਕੈਂਪੇਨਿੰਗ ਉਹਨਾਂ ਦੇ ਸਿਰ 'ਤੇ ਸੀ, ਕਨਵੀਨਰ ਸੀ। ਸੋ ਇਹਦਾ ਅਸਰ ਜਿਹੜਾ ਉਹ ਤੁਸੀਂ ਦੇਖ ਚੁੱਕੇ ਹੋ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਹੁਣ ਦੁਬਾਰਾ ਕਰੀਬ 1 ਮਹੀਨਾ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ, ਕਰੀਬ 1 ਮਹੀਨੇ ਦਾ ਫਰਕ ਆ। 26 ਜੁਲਾਈ 2018 ਨੂੰ ਖਹਿਰਾ ਹੁਣਾਂ ਨੂੰ ਹਟਾਇਆ ਗਿਆ, 26 ਅਗਸਤ ਅਤੇ 26 ਜੁਲਾਈ। ਅਤੇ ਉਸ ਤੋਂ ਅੱਗੇ ਦੇਖੋ ਚੋਣਾਂ ਜਿਹੜੀਆਂ ਹੈਗੀਆਂ 2019 ਲੋਕ ਸਭਾ ਦੀਆਂ ਚੋਣਾਂ ਹੈ। ਅਤੇ ਇਹ ਮੇਰੇ ਦੇਖੋ ਤੁਸੀਂ ਕਿ ਕਰੀਬ ਕਰੀਬ 8 ਮਹੀਨੇ ਪਹਿਲਾਂ ਚੋਣਾਂ ਤੋਂ ਪਾਰਟੀ ਇੱਕ ਵਾਰ ਫਿਰ ਟੁੱਟ ਰਹੀ ਆ, ਪਾਰਟੀ ਦੇ ਟੁੱਟਣ ਦੇ ਕਿਨਾਰੇ 'ਤੇ ਪਹੁੰਚ ਗਈ ਆ। ਇੱਕ ਆਗੂ ਉਦੋਂ ਸੁੱਚਾ ਸਿੰਘ ਛੋਟੇਪੁਰ ਸੀ ਜਿਹੜਾ ਪਾਰਟੀ ਨੂੰ ਇੱਕ ਕਮਾਂਡ ਕਰ ਰਿਹਾ ਸੀ, ਅਤੇ ਬਹੁਤ ਸਾਰੇ ਵਲੰਟੀਅਰਸ ਉਹਦੇ ਥੱਲੇ ਜਿਹੜੇ ਆ ਪੂਰੀ ਤਨਦੇਹੀ ਨਾਲ ਲੱਗੇ ਹੋਏ ਸੀ। ਅਤੇ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇਸ ਟਾਈਮ ਪੇਸ਼ ਕੀਤਾ ਜਾ ਰਿਹਾ ਕਿ ਖਹਿਰਾ ਦੇ ਨਾਲ ਸਾਰੇ ਵਲੰਟੀਅਰਸ ਨੇ, ਬਹੁਤ ਵੱਡੇ ਪੱਧਰ 'ਤੇ ਵਲੰਟੀਅਰਸ ਨੇ, ਅਤੇ ਹੁਣ ਉਹਨਾਂ ਨੂੰ ਇਸ ਤਰ੍ਹਾਂ ਤੋੜਿਆ ਜਾ ਰਿਹਾ। ਅਤੇ ਇਹ ਕੁਝ ਗੱਲਾਂ ਨੇ ਜਿਹੜਾ ਇਤਿਹਾਸ ਦੇ ਨਜ਼ਰੀਏ ਤੋਂ ਅਤੇ ਸਮਝਣ ਵਾਲੀਆਂ ਨੇ। ਅਤੇ ਉਸ ਤੋਂ ਅੱਗੇ ਜੇ ਗੱਲ ਕਰੀਏ ਕਿ ਹੁਣ ਖਹਿਰਾ ਸਾਹਿਬ ਦੇ ਦਾਅਵਿਆਂ ਦੀ, ਖਹਿਰਾ ਸਾਹਿਬ ਦੇ ਜਿਹੜੇ ਦਾਅਵੇ ਆ ਕਿ ਇੱਕ ਪਹਿਲਾਂ ਉਹਨਾਂ ਨੇ ਸਭ ਤੋਂ ਵੱਡਾ ਦਾਅਵਾ ਕੀਤਾ ਹੈਗਾ ਕਿ ਉਹਨਾਂ ਨੂੰ ਟਵਿੱਟਰ 'ਤੇ ਇੱਕ ਬਟਨ ਦੱਬ ਕੇ ਹਟਾ ਦਿੱਤਾ ਗਿਆ। ਇਹ ਗੱਲ ਕੁਝ ਮੇਰੇ ਖਿਆਲ 'ਚ ਜਿਹੜੇ ਆਮ ਲੋਕ ਨੇ, ਵੋਟਰ ਨੇ, ਵਲੰਟੀਅਰਸ ਨੇ, ਸ਼ਾਇਦ ਉਹਨਾਂ ਨੂੰ ਤਾਂ ਸ਼ਾਇਦ ਇਹ ਗੱਲ ਦਾ ਭਰੋਸਾ ਹੋ ਰਿਹਾ ਹੋਵੇ। ਲੇਕਿਨ ਜੇ ਬਿਲਕੁਲ ਤਕਨੀਕੀ ਪੱਧਰ 'ਤੇ ਦੇਖਿਆ ਜਾਵੇ, ਜਿਹੜੇ ਸਿਆਸੀ ਵਿਸ਼ਲੇਸ਼ਕ ਹੋਣਗੇ ਸਿਆਣੇ, ਉਹ ਇਸ ਗੱਲ ਨੂੰ ਇਸ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ ਕਿ ਇੱਕ ਟਵਿੱਟਰ 'ਤੇ ਬੰਦੇ ਨੂੰ ਹਟਾ ਦਿੱਤਾ ਜਾਵੇ। ਕਿਉਂਕਿ ਜਿਹੜਾ ਚਾਹੇ ਪਾਰਟੀ ਦੇ ਅੰਦਰ ਕਿੰਨੀ ਵੀ ਤਾਨਾਸ਼ਾਹੀ ਹੋਵੇ, ਕੁਛ ਵੀ ਹੋਵੇ, ਜਿਹੜਾ ਵਿਧਾਨ ਸਭਾ ਦੀ ਨਿਯਮਾਵਲੀ ਹੈ, ਜਿਹੜਾ ਤਰੀਕਾ ਹੈ, ਉਹ ਤਰੀਕਾ ਫੋਲੋ ਕਰਨਾ ਹੀ ਪੈਂਦਾ ਹੈ। ਅਤੇ ਜਿਸ ਤਰ੍ਹਾਂ ਕੱਲ੍ਹ ਭਗਵੰਤ ਮਾਨ ਹੋਣਾ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ 16 MLAs ਨੇ ਦਸਤਖਤ ਕੀਤੇ ਨੇ, ਜਿਹੜੀ ਚਿੱਠੀ ਵਿਧਾਨ ਸਭਾ ਦੇ ਸਪੀਕਰ ਨੂੰ ਗਈ ਹੈ ਉਹਦੇ ਉੱਤੇ 16 MLAs ਦੇ ਦਸਤਖਤ ਨੇ। ਉਹਦੇ ਉਸ ਪ੍ਰਵਾਨਗੀ ਦੇ ਬਾਅਦ ਹੀ ਜਿਹੜਾ ਵਿਰੋਧੀ ਧਿਰ ਦਾ ਆਗੂ ਹੈ ਉਹ ਬਦਲਿਆ ਜਾਂਦਾ ਵਿਧਾਨ ਸਭਾ 'ਚ, ਔਰ ਇਹ ਬਿਲਕੁਲ ਪ੍ਰੋਸੀਜਰ ਹੈ, ਇਹ ਇੱਕ ਪ੍ਰਕਿਰਿਆ ਜਿਹਨੂੰ ਫੋਲੋ ਕਰਨਾ ਪੈਂਦਾ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜੇ 20 ਦੇ ਵਿੱਚੋਂ 8 ਕੱਲ੍ਹ ਥੋੜ੍ਹੇ ਜਿਹੜੀ ਇਹਨਾਂ ਨੇ ਐਡਹੋਕ ਪਾਰਲੀਮੈਂਟਰੀ ਮਾਮਲਿਆਂ ਦੀ ਕਮੇਟੀ ਬਣਾਈ ਆ, ਉਹ 'ਚ ਜੇ 8 MLAs ਜੋ ਦੱਸ ਰਹੇ ਨੇ ਕਿ ਸਾਡੇ ਨਾਲ ਹੈ, ਜੇ 8 MLA ਇਹਨਾਂ ਦੇ ਨਾਲ ਸੀ, ਤਾਂ ਉਹਨਾਂ 'ਚੋਂ ਉਹ ਕਿਹੜੇ ਜਿਹੜੇ 4 MLA ਆ ਜਿਹੜੇ ਉਹ 16 'ਚ ਸ਼ਾਮਿਲ ਹੈ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਉਸ LOP ਨੂੰ ਬਦਲੇ ਜਾਣ ਦੀ ਚਿੱਠੀ ਦੇ ਉੱਤੇ ਦਸਤਖਤ ਕੀਤੇ ਨੇ। ਸਵਾਲ ਇਹ ਇੱਕ ਇਹ ਵੀ ਚੁੱਕਿਆ ਜਾ ਰਿਹਾ ਕਿ ਦਸਤਖਤ ਜਿਹੜੇ ਆ ਜ਼ਬਰਦਸਤੀ ਕਰਵਾਏ ਗਏ, ਘੱਟ ਟਾਈਮ ਦਿੱਤਾ ਗਿਆ, ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਸੋ ਜਿਨ੍ਹਾਂ ਨੇ ਇਹ ਧਾਰਿਆ ਸੀਗਾ, ਜਿਹੜੇ ਇਹਦੇ ਹੱਕ 'ਚ ਨਹੀਂ ਸੀ, ਉਹਨਾਂ ਨੇ ਦਸਤਖਤ ਨਹੀਂ ਕੀਤੇ, ਉਹ 4 ਬੰਦਿਆਂ ਨੇ, ਲੇਕਿਨ 16 'ਚ 4 ਬੰਦੇ ਉਹ ਵੀ ਨੇ ਜਿਨ੍ਹਾਂ ਨੇ ਦਸਤਖਤ ਕੀਤੇ ਨੇ। ਸੋ ਇਹਦਾ ਮਤਲਬ ਇਹ ਹੈਗਾ ਜੇ ਜ਼ਿਆਦਾ ਸਮਾਂ ਵੀ ਤਾਂ ਘੱਟੋ ਘੱਟ 24 ਘੰਟੇ ਪਹਿਲਾਂ ਜਾਂ ਕੁਝ ਘੰਟੇ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਇਹ ਕਾਰਵਾਈ ਹੋ ਰਹੀ ਹੈ ਔਰ ਜਿਹੜਾ LOP ਤੋਂ ਖਹਿਰਾ ਸਾਹਿਬ ਨੂੰ ਹਟਾਇਆ ਜਾ ਰਿਹਾ। ਅਤੇ ਉਦੋਂ ਕੋਈ ਵੀ ਜਿਹੜਾ MLA ਹੈ ਉਹ ਇਹਦੀ ਇਸ ਗੱਲ ਨੂੰ ਨਾ ਮੀਡੀਆ 'ਚ ਲੈ ਕੇ ਆਇਆ, ਨਾ ਇਸ ਨੂੰ ਪਾਰਟੀ ਪੱਧਰ 'ਤੇ ਕਿਸੇ ਤਰ੍ਹਾਂ ਉਠਾਉਣ ਦਾ ਕੋਈ ਨਜ਼ਰ ਆ ਰਿਹਾ। ਅਤੇ ਇਸ ਤਰ੍ਹਾਂ ਇਹ ਜਿਹੜਾ ਟਵਿੱਟਰ 'ਤੇ ਹਟਾਉਣ ਵਾਲੀ ਗੱਲ ਆ, ਇਹ ਸਹੀ ਨਹੀਂ ਲੱਗਦੀ ਹੈਗੀ। ਟਵਿੱਟਰ 'ਤੇ ਤਾਂ ਸਿਰਫ ਇੱਕ ਇਨਫੋਰਮੇਸ਼ਨ ਦਿੱਤੀ ਗਈ ਆ, ਹਾਂ ਇੱਦਾਂ ਕਿਹਾ ਜਾ ਸਕਦਾ ਕਿ ਜਦੋਂ ਛੋਟੇਪੁਰ ਹੋਣਾ ਨੂੰ ਹਟਾਇਆ ਸੀ
ਤਾਂ ਜਦੋਂ ਪੀਏਸੀ ਦੀ ਮੀਟਿੰਗ ਖਤਮ ਹੋਈ ਸੀ ਛੋਟੇਪੁਰ ਨੂੰ, ਜਿਹਦੇ 'ਚ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਦੋ ਬੰਦਿਆਂ ਦੀ ਜਾਂਚ ਕਮੇਟੀ ਬਣਾਈ ਗਈ ਸੀ, ਤਾਂ ਉਹਦੀ ਪ੍ਰੈਸ ਉਹਦਾ ਜਿਹੜਾ ਬਿਆਨ ਸੀ, ਮਾਨ ਹੋਣਾ ਨੇ ਖੁਦ ਪੀਏਸੀ ਦੀ ਕਮੇਟੀ ਦੀ ਮੀਟਿੰਗ ਤੋਂ ਬਾਹਰ ਆ ਕੇ ਦਿੱਲੀ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਕੇ ਉਹਨਾਂ ਨੂੰ ਛੋਟੇਪੁਰ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਲੇਕਿਨ ਇਹਦੇ ਬਾਰੇ ਕੋਈ ਰਸਮੀ ਪ੍ਰੈਸ ਕਾਨਫਰੰਸ ਜਾਂ ਰਸਮੀ ਕੋਈ ਐਲਾਨ ਜਨਤਕ ਤੌਰ 'ਤੇ ਆ ਕੇ ਨਹੀਂ ਕੀਤਾ ਗਿਆ, ਸ਼ਾਇਦ ਫੋਨ ਦੇ ਉੱਤੇ ਜਾਂ ਕਿਸੇ ਤਰੀਕੇ ਨਾਲ ਇਹ ਕਮਿਊਨੀਕੇਟ ਪਹਿਲਾਂ ਹੀ ਹੋ ਚੁੱਕਾ ਸੀਗਾ ਕਿ ਜਦੋਂ ਸਾਈਨ ਹੋ ਰਹੇ ਸੀ ਅਤੇ ਇਹ ਗੱਲ, ਔਰ ਸਾਈਨ ਦੀ ਪ੍ਰਕਿਰਿਆ ਤੋਂ ਵੀ ਪਹਿਲਾਂ ਇਹ ਕਾਰਵਾਈ ਜਿਹੜੀ ਆ, ਇਹ ਵਿਚਾਰ ਵਟਾਂਦਰੇ ਦੀ ਕਾਰਵਾਈ ਆ, ਇਹ ਪਹਿਲਾਂ MLAs ਦੇ ਵਿੱਚ ਅਤੇ ਪਾਰਟੀ ਪੱਧਰ 'ਤੇ ਇਹ ਜ਼ਰੂਰ ਹੁੰਦੀ ਹੋ ਰਹੀ ਹੋਏਗੀ। ਇੱਦਾਂ ਨਹੀਂ ਹੋ ਸਕਦਾ ਕਿ ਉਸੇ ਟਾਈਮ ਇਹ ਸਾਰਾ ਕੁਛ ਹੋ ਜਾਵੇ, ਵੀ ਇੱਕ ਟਵਿੱਟਰ 'ਤੇ ਕੀਤਾ ਅਤੇ ਸਾਰਾ ਕੁਛ ਹੈਗਾ, ਇਸ ਤਰ੍ਹਾਂ ਨਹੀਂ ਹੈ। ਜਿਹੜੇ ਖਹਿਰਾ ਸਾਹਿਬ ਨੇ ਇਹ ਟਵਿੱਟਰ ਵਾਲੀ ਗੱਲ ਨੂੰ ਇਮੋਸ਼ਨਲੀ ਲੋਕਾਂ ਨੂੰ ਜੋੜਨ ਦੇ ਲਈ ਆਪਣੇ ਨਾਲ ਇਹ ਵਰਤ ਰਹੇ ਨੇ, ਪਰ ਇਹ ਉਨੀ ਹਜ਼ਮ ਹੋਣ ਯੋਗ ਨਹੀਂ ਲੱਗ ਰਹੀ ਹੈਗੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜਾ ਮੁੱਦਾ ਬਣਾਤਾ, ਜਿਸ ਤਰ੍ਹਾਂ ਛੋਟੇਪੁਰ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ, ਉਸ ਤਰ੍ਹਾਂ ਇਹਨਾਂ ਖਹਿਰਾ ਸਾਹਿਬ ਨੇ ਵੀ ਇਹ ਮੁੱਦਾ ਬਣਾਇਆ, ਇਹਨੂੰ ਪੰਜਾਬ ਬਨਾਮ ਦਿੱਲੀ ਦਾ ਮੁੱਦਾ ਬਣਾਇਆ। ਇੱਥੋਂ ਮੈਨੂੰ ਜਿਹੜਾ ਇਹਦਾ ਕਨੈਕਸ਼ਨ ਹਿਸਟਰੀ 'ਚ ਕਿਸ ਤਰ੍ਹਾਂ ਜਾਂਦਾ ਲੱਗਦਾ ਕਿ ਇਹ ਮੁੱਦਾ ਖਾਲਿਸਤਾਨੀ ਵੀ ਚੁੱਕਦੇ ਰਹੇ ਨੇ ਅਤੇ ਇਹ ਮੁੱਦਾ ਪੰਥਕ ਧਿਰਾਂ ਵੀ ਚੁੱਕਦੀਆਂ ਰਹੇ ਨੇ, ਅਤੇ ਪੰਥ ਦੇ ਇਕਲੌਤੇ ਆਗੂ ਦੇ ਤੌਰ 'ਤੇ ਬਾਦਲ ਸਾਹਿਬ ਵੀ ਇਸ ਮੁੱਦੇ ਨੂੰ, ਪੰਜਾਬ ਦੇ ਹੱਕਾਂ ਦੇ ਮੁੱਦੇ ਨੂੰ, ਇਸ ਤਰ੍ਹਾਂ ਦਿੱਲੀ ਬਨਾਮ ਪੰਜਾਬ ਦਾ ਮੁੱਦਾ ਬਣਾ ਕੇ ਆਪਣੇ ਵੋਟਰਾਂ ਨੂੰ, ਆਪਣੇ ਸਮਰਥਕਾਂ ਨੂੰ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਇਮੋਸ਼ਨਲੀ ਪੰਜਾਬ ਦੇ ਨਾਂ 'ਤੇ ਆਪਣੇ ਨਾਲ ਜੋੜਨ ਦੀ ਕਰਦੇ ਰਹੇ ਨੇ। ਸੋ ਇਹ ਇੱਕ ਮਤਲਬ ਇੱਕ ਇਮੋਸ਼ਨਲ ਕਾਰਡ ਤਾਂ ਕਿਹਾ ਜਾ ਸਕਦਾ ਹੈ, ਲੇਕਿਨ ਇਹ ਸਹੀ ਜੈਨੂਅਨਲੀ ਇਹ ਅਸਲ ਵਿੱਚ ਪੰਜਾਬ ਅਤੇ ਦਿੱਲੀ ਦਾ ਮੁੱਦਾ ਹੈ ਜਾਂ ਨਹੀਂ, ਇਹ ਇੱਕ ਮਤਲਬ ਸੋਚਣ ਵਾਲੀ ਗੱਲ ਆ, ਸਵਾਲ ਆ। ਜੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਅਤੇ ਦਿੱਲੀ ਦਾ ਮੁੱਦਾ ਇਹ ਮੈਨੂੰ ਲੱਗਦਾ ਕਿ ਇਹ ਇੱਕ ਇਮੋਸ਼ਨਲ ਕਾਰਡ ਖੇਡਿਆ ਜਾ ਰਿਹਾ। ਖਹਿਰਾ ਸਾਹਿਬ ਨੂੰ ਪਤਾ ਹੈ, ਬਹੁਤ ਸਿਆਣੇ ਸਿਆਸਤਦਾਨ ਨੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਪੰਜਾਬ ਦੀ ਗੱਲ ਆਏਗੀ ਤਾਂ ਪੰਜਾਬ ਦੇ ਵਲੰਟੀਅਰਸ ਜਿਹੜੇ ਨੇ ਉਹ ਪੰਜਾਬ ਦੇ ਹੱਕ 'ਚ ਖੜ੍ਹੇ ਹੋਣਗੇ। ਇਹਦੇ ਨਾਲ ਉਹਨਾਂ ਨੇ ਕਈ ਤੀਰ, ਇੱਕ ਤੀਰ ਨਾਲ ਕਈ ਸ਼ਿਕਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਸਮਝ ਆਉਂਦੀ ਹੈ ਕਿ ਖਹਿਰਾ ਸਾਹਿਬ ਕਿੰਨੇ ਜਿਹੜੇ ਨੇ ਉਹ ਹੰਢੇ ਹੋਏ ਪੋਲੀਟੀਸ਼ੀਅਨ ਨੇ, ਸਿਆਸਤਦਾਨ ਨੇ। ਜੇ ਉਹ ਇਸ ਨੂੰ ਪੰਜਾਬ ਦਾ ਮੁੱਦਾ ਬਣਾਉਂਦੇ ਨੇ ਤਾਂ ਇਹਦੇ ਨਾਲ ਸਿੱਧਾ ਸਿੱਧਾ ਜਿਹੜਾ ਆ ਉਹ ਜਿਹੜੇ ਵੀ ਲੋਕ ਦਿੱਲੀ ਦੇ ਨਾਲ ਖੜ੍ਹ ਜਾਣਗੇ ਜਾਂ ਜਿਹੜੇ ਕੋਈ ਨੁਕਤੇ ਦੀ ਸੰਵਿਧਾਨ ਦੀ ਗੱਲ ਕਰਨਗੇ ਜਿਹੜੀ ਕਿ ਖਹਿਰਾ ਸਾਹਿਬ ਦੇ ਹੱਕ 'ਚ ਨਹੀਂ ਜਾਏਗੀ, ਤਾਂ ਉਹਨੂੰ ਆਪਣੇ ਆਪ ਪੰਜਾਬ ਦਾ ਵਿਰੋਧੀ ਮੰਨ ਲਿਆ ਜਾਏਗਾ। ਕੱਲ੍ਹ ਮਾਨ ਸਾਹਿਬ ਨੇ ਆਪਣੇ ਪ੍ਰੈਸ ਕਾਨਫਰੰਸ 'ਚ ਵੀ ਇਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਕਿ ਮੋਦੀ ਵਾਲੀ ਗੱਲ ਹੋ ਗਈ, ਇਹ ਮੋਦੀ ਸਰਕਾਰ ਵਾਲੀ ਗੱਲ ਹੋ ਗਈ ਕਿ ਜਿਹੜਾ ਮੋਦੀ ਦੇ ਹੱਕ ਦੀ ਗੱਲ ਕਰੇ ਤਾਂ ਉਹ ਦੇਸ਼ ਪ੍ਰੇਮੀ ਹੈ ਅਤੇ ਜਿਹੜਾ ਮੋਦੀ ਦੇ ਅਗੇਂਸਟ ਗੱਲ ਕਰੇ ਦੇਸ਼ ਧਰੋਹੀ ਹੈ। ਕੁਛ ਕੁਛ ਇਹ ਗੱਲ ਬਿਲਕੁਲ ਢੁੱਕਦੀ ਹੋਈ ਲੱਗ ਰਹੀ ਹੈ। ਸੋ ਇਹ ਇੱਕ ਇਮੋਸ਼ਨਲ ਕਾਰਡ ਮੈਨੂੰ ਲੱਗ ਰਿਹਾ। ਅਤੇ ਉਸ ਤੋਂ ਅਗਲਾ ਜਿਹੜਾ ਮੁੱਦਾ ਹੈਗਾ ਖੁਦ ਮੁਖਤਿਆਰੀ ਦਾ, ਜੇ ਉਹਨਾਂ ਨੇ ਗੱਲ ਕਰੀਏ, ਉਹਨਾਂ ਨੇ ਜਿਹੜੇ 6 ਮਤੇ ਪਾਸ ਕੀਤੇ ਆ, ਸਭ ਤੋਂ ਪਹਿਲਾ ਮਤਾ ਜਿਹੜਾ ਉਹ ਖੁਦ ਮੁਖਤਿਆਰੀ ਦਾ ਮਤਾ ਸੀ। ਇਹਦੇ ਲਈ ਇਹ ਖੁਦ ਮੁਖਤਿਆਰੀ ਨੂੰ ਵੀ ਸਮਝਣਾ ਪਊਗਾ ਕਿ ਪੋਲੀਟੀਕਲ ਪਾਰਟੀਜ਼ ਦੇ ਵਿੱਚ ਖੁਦ ਮੁਖਤਿਆਰੀ ਕਿਵੇਂ ਕੰਮ ਕਰਦੀ ਆ, ਖੁਦ ਮੁਖਤਿਆਰੀ ਕਿਵੇਂ ਹੁੰਦੀ ਆ। ਸਿਰਫ ਭਾਰਤ ਦੀ ਨਹੀਂ, ਜੇ ਆਪਾਂ ਇੰਟਰਨੈਸ਼ਨਲੀ ਗੱਲ ਕਰੀਏ, ਦੁਨੀਆ ਭਰ ਦੀਆਂ ਪਾਰਟੀਜ਼ ਦੀ ਗੱਲ ਕਰੀਏ, ਦੁਨੀਆ ਭਰ ਦੀਆਂ ਪਾਰਟੀਜ਼ ਦੀ ਗੱਲ ਕਰੀਏ, ਜਾਂ ਅਮਰੀਕਾ ਦੀ ਜਾਂ ਇੰਗਲੈਂਡ ਦੀਆਂ ਡੈਮੋਕ੍ਰੇਟਿਕ ਪਾਰਟੀਜ਼ ਦੀਆਂ ਵੀ ਗੱਲ ਕਰੀਏ, ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਢਾਂਚੇ ਦਾ ਸਿਸਟਮ ਹੈ ਉਹ ਕੀ ਆ। ਜੇ ਤੁਸੀਂ ਆਪ ਪਾਰਟੀ ਦਾ ਵੀ ਸੰਵਿਧਾਨ ਪੜ੍ਹੋ ਤਾਂ ਆਪ ਪਾਰਟੀ ਦੇ ਸੰਵਿਧਾਨ ਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਜਿਹੜਾ ਸਟੇਟ ਦਾ ਢਾਂਚਾ ਹੈਗਾ ਉਹ ਸਟੇਟ ਦੇ ਜਿਹੜੇ ਮੈਂਬਰਸ ਹੈਗੇ ਆ, ਸਟੇਟ ਕਮੇਟੀ ਦੇ ਜਿਹੜੇ ਮੈਂਬਰਸ ਹੈਗੇ ਆ, ਪਹਿਲਾਂ ਉਹ ਮੈਂਬਰਸ ਚੁਣੇ ਜਾਂਦੇ ਆ ਅਤੇ ਉਹ ਆਪਣਾ ਆਗੂ ਚੁਣਦੇ ਆ, ਠੀਕ ਹੈ, ਅਤੇ ਉਹ ਫਿਰ ਉਹ ਆਗੂ ਨੂੰ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਜਾਂਦੀ ਆ। ਹੁਣ ਇੱਥੇ ਕੀ ਹੋ ਰਿਹਾ ਹੈਗਾ ਕਿ ਖਹਿਰਾ ਸਾਹਿਬ ਨੇ ਉੱਥੇ ਐਲਾਨ ਕਰ ਦਿੱਤਾ ਕਿ ਇਹ ਭੰਗ ਕਰਤਾ, ਜਦਕਿ ਖਹਿਰਾ ਸਾਹਿਬ ਕੋਲ ਅਸਲ 'ਚ ਕੋਈ ਅਥਾਰਟੀ ਇਸ ਨੂੰ ਭੰਗ ਕਰਨ ਦੀ ਟੈਕਨੀਕਲੀ ਨਹੀਂ ਹੈਗੀ, ਠੀਕ ਹੈ। ਇਹ ਫੈਸਲਾ ਭੰਗ ਕਰਨ ਦਾ ਜਾਂ ਤਾਂ PAC ਲੈ ਸਕਦੀ ਆ, ਜਾਂ ਜਿਹੜੀ ਇੱਕ ਕੋਰਮ ਆ ਸਟੇਟ ਦੇ ਢਾਂਚੇ ਦੀ ਜਿਹੜੀ ਕੋਰਮ ਆ ਉਹ ਫੈਸਲਾ ਲੈ ਸਕਦੀ ਹੈ। ਇੱਥੇ ਖਹਿਰਾ ਸਾਹਿਬ ਕੀ ਕਰ ਸਕਦੇ ਸੀ, ਖਹਿਰਾ ਸਾਹਿਬ ਕੀ ਕਰ ਸਕਦੇ ਸੀ ਕਿ ਜਿਹੜੇ MLA ਉਹਨਾਂ ਦੇ ਨਾਲ ਨੇ ਅਤੇ ਜਿਹੜੀ ਸਟੇਟ ਦੇ ਢਾਂਚੇ ਦੇ ਵਿੱਚ ਉਹਨਾਂ ਦੇ ਸਮਰਥਕ ਨੇ, ਉਹਨਾਂ ਦੇ ਜ਼ਰੀਏ ਇੱਕ ਕੋਰਮ ਪੂਰਾ ਕਰਕੇ ਸਟੇਟ ਦੀ ਜਿਹੜੀ ਢਾਂਚਾ ਆ ਉਹਦੀ ਇੱਕ ਜਨਰਲ ਇਜਲਾਸ ਸੱਦ ਸਕਦੇ ਸੀ, ਉੱਥੇ ਵੋਟਿੰਗ ਕਰਾ ਸਕਦੇ ਸੀ ਅਤੇ ਉਹਦੇ ਆਧਾਰ 'ਤੇ ਇਹ ਢਾਂਚੇ ਦੀ ਅਗਲੀ ਜਿਹੜੀ ਬਣਤਰ ਆ ਉਹ ਬਣਾਉਣ ਲਈ ਇਹ ਮੰਗ ਕਰ ਸਕਦੇ ਸੀ ਅਤੇ ਉਸ ਮਤੇ ਨੂੰ ਪਾਸ ਕਰਵਾਇਆ ਜਾ ਸਕਦਾ ਸੀ। ਲੇਕਿਨ ਇਸ ਤਰ੍ਹਾਂ ਰੈਲੀ ਕਰਕੇ ਇਹ ਮਤਾ ਨਹੀਂ ਮਨਜ਼ੂਰ ਕੀਤਾ ਜਾ ਸਕਦਾ।
ਕਿਉਂਕਿ ਇਹਦੇ 'ਚ ਸਾਰੀਆਂ ਸਾਰਾ ਜਨਰਲ ਇਜਲਾਸ ਜਿਹੜਾ ਆ ਸਾਰਾ ਜਿਹੜਾ ਉਹ ਆ ਉਹ ਸੰਵਿਧਾਨਕ ਤਰੀਕੇ ਨਾਲ ਪੂਰਾ ਨਹੀਂ ਹੁੰਦਾ। ਅਤੇ ਦੂਸਰਾ ਜਿਹੜਾ ਇਹਦੇ 'ਚ ਹੈਗਾ ਕਿ ਹਟਾਉਣ ਦੇ ਲਈ ਵੀ ਖਹਿਰਾ ਸਾਹਿਬ ਦਾ ਸਵਾਲ ਹੈ ਕਿ ਹਟਾਉਣ ਦੇ ਲਈ ਵੀ ਫਿਰ ਇਸ ਤਰ੍ਹਾਂ ਦਾ ਜਿਹੜਾ ਸਟੇਟ ਦੇ ਢਾਂਚੇ ਦੀ ਰਾਏ ਲਈ ਜਾਣੀ ਚਾਹੀਦੀ ਸੀ। ਮੇਰੇ ਖਿਆਲ 'ਚ ਜਿਹੜਾ ਹਟਾਉਣ ਤੋਂ ਪਹਿਲਾਂ ਤੱਕ ਦਾ ਸੀਗਾ ਉਸ ਮਾਮਲੇ 'ਚ ਤਾਂ ਚਲੋ ਕਿਹਾ ਜਾ ਸਕਦਾ ਵੀ ਨਹੀਂ ਰਾਏ ਲਈ ਗਈ, ਲੇਕਿਨ ਹਟਾਉਣ ਤੋਂ ਬਾਅਦ ਜੋ ਪੂਰਾ ਮਾਹੌਲ ਤਿਆਰ ਹੋਇਆ ਉਸ ਤੋਂ ਬਾਅਦ ਵੀ ਜੇ ਦੇਖਿਆ ਜਾਵੇ ਤਾਂ ਸਾਰੇ MLAs ਦੀ ਜੇ ਵੋਟਿੰਗ ਹੁਣ ਵੀ ਹੋ ਜਾਵੇ ਵੋਟਿੰਗ ਤਾਂ ਜਿਹੜੇ 12 MLAs ਨੇ ਉਹ ਦਿੱਲੀ ਦੇ ਵਾਲੇ ਪਾਸੇ ਨੇ ਅਤੇ 8 MLAs ਨੇ ਜਿਹੜੇ ਉਹ ਖਹਿਰਾ ਸਾਹਿਬ ਦੇ ਨਾਲ ਨੇ। ਸੋ ਜੇ ਇਹ MLAs ਦੀ ਵੋਟਿੰਗ ਵੀ ਹੋ ਜਾਂਦੀ ਆ, PAC ਦੇ ਵਿੱਚ ਵੀ ਵੋਟਿੰਗ ਹੋਈ ਜਾਂਦੀ ਆ, ਤਾਂ ਫਿਲਹਾਲ ਜਿਹੜਾ ਆ ਉਹ ਖਹਿਰਾ ਸਾਹਿਬ ਦੇ ਹੱਕ 'ਚ ਜਿਹੜਾ ਸੰਵਿਧਾਨਕ ਤੌਰ 'ਤੇ ਇਹ ਗੱਲ ਨਹੀਂ ਜਾ ਰਹੀ। ਜੇ ਉਹ ਕਨਵਿੰਸ ਕਰ ਸਕਦੇ ਆ ਹੋਰ MLAs ਨੂੰ ਔਰ ਇਹ ਤਕਨੀਕੀ ਤੌਰ 'ਤੇ ਸੰਵਿਧਾਨਕ ਤੌਰ 'ਤੇ ਮੀਟਿੰਗ ਸੱਦ ਕੇ ਇਹ ਆਪਣੇ ਹੱਕ 'ਚ ਵੋਟ ਕਰਵਾ ਸਕਦੇ ਆ ਤਾਂ ਕੁਝ ਹੱਦ ਤੱਕ ਖਹਿਰਾ ਸਾਹਿਬ ਦੀ ਫੇਵਰ ਹੋ ਸਕਦੀ ਆ, ਲੇਕਿਨ ਟੈਕਨੀਕਲੀ ਜਿਹੜੀ ਆ ਇਹ ਗੱਲ ਜਿਹੜੀ ਆ ਖਹਿਰਾ ਸਾਹਿਬ ਦੇ ਹੱਕ 'ਚ ਨਹੀਂ ਹੈਗੀ। ਅਤੇ ਉਸ ਤੋਂ ਅੱਗੇ ਜੇ ਗੱਲ ਕਰੀਏ ਭਵਿੱਖ ਦੀ ਤਾਂ ਜੇ ਕੱਲ੍ਹ ਜੋ ਹੋਇਆ ਉਹਨੇ ਸਭ ਤੋਂ ਪਹਿਲਾਂ ਤਾਂ ਇਹ ਉਜਾਗਰ ਕਰ ਦਿੱਤੀ ਗੱਲ ਕਿ ਜਿਹੜਾ ਇਹ ਲੜਾਈ ਕੋਈ ਪੰਜਾਬ ਦਿੱਲੀ ਦੀ ਨਹੀਂ ਹੈਗੀ, ਇਹ ਲੜਾਈ ਕੋਈ 26 ਜੁਲਾਈ ਤੋਂ ਨਹੀਂ ਸ਼ੁਰੂ ਹੋਈ ਹੈਗੀ, ਇਹ ਲੜਾਈ ਜਦੋਂ ਤੋਂ ਜੇ ਇਕੱਲੇ ਖਹਿਰਾ ਅਤੇ ਮਾਨ ਦੀ ਲੜਾਈ ਦੀ ਗੱਲ ਕਰੀਏ ਤਾਂ ਜਦੋਂ ਤੋਂ ਖਹਿਰਾ ਸਾਹਿਬ ਐਂਟਰ ਹੋ ਜਾਂਦੇ ਆਪ ਦੇ ਵਿੱਚ 2016 ਦੇ ਵਿੱਚ ਇਹ ਲੜਾਈ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੀ ਆ। ਇਸ ਤੋਂ ਪਹਿਲਾਂ ਮੈਂ ਗੱਲ ਕਰ ਚੁੱਕਾ ਕਿ ਕਿਹੜੇ ਕਿਹੜੇ ਲੀਡਰ ਮਾਨ ਅੱਜ ਵੀ ਉੱਥੇ ਹੀ ਨੇ, ਮਾਨ 2014 ਤੋਂ ਪਾਰਟੀ ਦੇ ਨਾਲ ਜੁੜਦੇ ਨੇ ਅਤੇ ਮਾਨ ਅੱਜ ਵੀ ਉੱਥੇ ਹੀ ਨੇ, ਅਤੇ ਉਸ ਤੋਂ ਬਾਅਦ ਜਿੰਨੇ ਵੀ ਵੱਡੇ ਅਹੁਦੇਦਾਰ ਬਣਾਏ ਗਏ ਨੇ ਪਾਰਟੀ ਦੇ ਵਿੱਚ, ਚਾਹੇ ਛੋਟੇਪੁਰ ਹੋਣ, ਚਾਹੇ ਗਾਂਧੀ ਹੋਣ, ਚਾਹੇ ਘੁੱਗੀ ਗੁਰਪ੍ਰੀਤ ਘੁੱਗੀ ਜੀ ਹੋਣ, ਸਾਰਿਆਂ ਨੂੰ ਉਹ ਪਾਰਟੀ 'ਚ ਨਹੀਂ ਹੈਗੇ ਪਰ ਮਾਨ ਅੱਜ ਵੀ ਹੈਗੇ ਨੇ। ਸੋ ਉਸ ਤੋਂ ਬਾਅਦ ਇਹ ਜ਼ਾਹਿਰ ਹੋ ਗਿਆ ਕਿ ਜਿਹੜਾ ਮਾਨ ਦਾ ਧੜਾ ਅਤੇ ਜਿਹੜੇ ਖਹਿਰਾ ਸਾਹਿਬ ਦਾ ਧੜਾ ਇਹ ਲੜਾਈ ਉਹਨਾਂ ਦੀ ਲੜਾਈ ਹੈ ਔਰ ਉਦੋਂ ਤੋਂ ਹੀ ਹੈ ਇਹ ਧੜਾ ਧੜੇਬੰਦੀ ਸ਼ੁਰੂ ਤੋਂ ਹੈ ਜਦੋਂ ਤੋਂ ਮਾਨ ਅਤੇ ਖਹਿਰਾ ਪਾਰਟੀ ਦੇ ਵਿੱਚ ਹਨ। ਅਤੇ ਇਹਦੇ ਵਿੱਚ ਇੱਕ ਚੀਜ਼ ਇਹ ਵੀ ਦੇਖਣੀ ਪਏਗੀ ਕਿ ਜਿਹੜੀ ਇਸ ਚੀਜ਼ ਨੂੰ ਚੀਜ਼ ਕੱਲ੍ਹ ਹੀ ਉਜਾਗਰ ਕਿਉਂ ਹੁੰਦੀ ਹੈ, ਉਹਦੇ ਵਿੱਚ ਜਿਹੜੀ ਖਹਿਰਾ ਸਾਹਿਬ ਦੀ ਰਣਨੀਤੀ ਹੈ ਉਹਨੂੰ ਸਮਝਣਾ ਪਏਗਾ ਕਿ ਖਹਿਰਾ ਸਾਹਿਬ ਨੇ ਲਗਭਗ ਆਪਣੇ ਹਰ ਬਿਆਨ 'ਚ ਆਪਣੇ ਹਰ ਭਾਸ਼ਣ 'ਚ ਦਿੱਲੀ ਵਾਲੇ ਲੀਡਰਾਂ ਨੂੰ ਤਾਂ ਕੋਸਿਆ, ਉਹਨਾਂ ਨੂੰ ਕਿਹਾ ਕਿ ਉਹ ਤਾਨਾਸ਼ਾਹੀ ਕਰ ਰਹੇ ਨੇ ਪਰ ਉਹਨਾਂ ਨੇ ਬਹੁਤ ਤਰੀਕੇ ਦੇ ਨਾਲ ਪੰਜਾਬ ਦੇ ਇੱਥੋਂ ਤੱਕ ਕਿ ਮਾਨ ਸਾਹਿਬ ਨੂੰ ਵੀ ਇੰਨੇ ਸਿੱਧੇ ਤਰੀਕੇ ਨਾਲ ਕੋਈ ਹਮਲਾ ਨਹੀਂ ਕੀਤਾ ਜਿੰਨੇ ਸਿੱਧੇ ਤਰੀਕੇ ਨਾਲ ਮਾਨ ਨੇ ਕੱਲ੍ਹ ਆਪਣੀ ਪ੍ਰੈਸ ਕਾਨਫਰੰਸ 'ਚ ਹਮਲਾ ਕੀਤਾ। ਸੋ ਇਹ ਖਹਿਰਾ ਸਾਹਿਬ ਦੀ ਬੜੀ ਸੋਬਰ ਅਤੇ ਬੜੀ ਸ਼ਾਂਤਮਈ ਹੈ ਨਾ ਤਰੀਕੇ ਵਾਲੀ ਇੱਕ ਰਣਨੀਤੀ ਹੈ ਕਿ ਜਿਹੜਾ ਉਹਨਾਂ ਨੇ ਪਹਿਲਾਂ ਮਾਹੌਲ ਤਿਆਰ ਕਰਤਾ, ਇੱਕ ਟ੍ਰੋਲਿੰਗ ਵਾਲਾ ਮਾਹੌਲ ਤਿਆਰ ਕਰਤਾ ਕਿ ਜਿਹੜਾ ਖਹਿਰੇ ਦੇ ਨਾਲ ਹੈ ਉਹ ਪੰਜਾਬ ਦੇ ਹੱਕ 'ਚ ਹੈ ਅਤੇ ਜਿਹੜਾ ਖਹਿਰੇ ਦੇ ਵਿਰੋਧ 'ਚ ਹੈ ਉਹ ਪੰਜਾਬ ਦਾ ਗੱਦਾਰ ਹੈ, ਪੰਜਾਬ ਦਾ ਵਿਰੋਧੀ ਹੈ, ਦਿੱਲੀ ਦਾ ਕੌਲੀ ਚੱਟ, ਇਸ ਤਰ੍ਹਾਂ ਦੇ ਜਿਹੜੇ ਇੱਕ ਸੋਸ਼ਲ ਮੀਡੀਆ 'ਤੇ ਸ਼ਬਦਾਵਲੀ ਚੱਲ ਜਾਂਦੀ ਹੈ, ਉਹ ਇੱਕ ਮਾਹੌਲ ਪੈਦਾ ਕਰਤਾ ਖਹਿਰਾ ਸਾਹਿਬ ਨੇ। ਅਤੇ ਭਗਵੰਤ ਮਾਨ ਨੇ ਪਹਿਲਾਂ ਤਾਂ ਥੋੜ੍ਹੀ ਜਿਹੀ ਸਿਆਣਪ ਵਰਤੀ, ਚੁੱਪ ਰਹੇ, ਲੇਕਿਨ ਉਹਨਾਂ ਇਹਦੇ ਨਾਲ ਇੱਕ ਹੋਰ ਪ੍ਰੈਸ਼ਰ ਖਹਿਰਾ ਸਾਹਿਬ ਦੇ ਗਰੁੱਪ ਵੱਲੋਂ ਬਿਲਡ ਕੀਤਾ ਗਿਆ ਕਿ ਚੁੱਪ ਕਿਉਂ ਨੇ, ਮਾਨ ਸਾਹਿਬ ਚੁੱਪ ਕਿਉਂ ਨੇ, ਉਹਨਾਂ ਦੀ ਚੁੱਪ ਨੂੰ ਤੋੜਨ ਲਈ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ, ਸੋਸ਼ਲ ਪ੍ਰੈਸ਼ਰ ਕ੍ਰੀਏਟ ਕੀਤਾ ਗਿਆ। ਅਤੇ ਕਿਤੇ ਨਾ ਕਿਤੇ ਜਿਹੜਾ ਮਾਨ ਸਾਹਿਬ 'ਤੇ ਪ੍ਰੈਸ਼ਰ ਜਿਹੜਾ ਹੋਏਗਾ ਉਹ ਪਾਰਟੀ ਵੱਲੋਂ ਵੀ ਹੋਏਗਾ ਕਿ ਉਹ ਪਾਰਟੀ ਦੀ ਆਵਾਜ਼ ਨੂੰ, ਪਾਰਟੀ ਦੇ ਜੋ ਗੱਲ ਆ, ਕਿਉਂਕਿ ਪਾਰਟੀ ਆਪਣੇ ਲੈਵਲ 'ਤੇ ਨਾ ਮਨੀਸ਼ ਸਿਸੋਦੀਆ ਕੋਈ ਖੁੱਲ੍ਹ ਕੇ ਕੋਈ ਪੰਜਾਬ ਦੇ ਮੁੱਦਿਆਂ ਬਾਰੇ ਸਿੱਧੀ ਗੱਲ ਕਰ ਰਹੇ ਨੇ, ਉਹ ਸਿਰਫ ਤਕਨੀਕੀ ਤੌਰ 'ਤੇ ਗੱਲ ਕਰ ਰਹੇ ਨੇ, ਉਹ ਜਾਂ ਉਹ ਦਲਿਤ ਦਾ ਕਾਰਡ ਖੇਡ ਦਿੰਦੇ ਨੇ ਕਿ ਦਲਿਤ ਦੇ ਵਿਰੋਧ ਨੇ, ਵਿਰੋਧ 'ਚ ਨੇ ਖਹਿਰਾ ਸਾਹਿਬ, ਲੇਕਿਨ ਉਹ ਕੋਈ ਖੁੱਲ੍ਹ ਕੇ ਜਿਹੜੀ ਗੱਲ ਆ ਸਿਸੋਦੀਆ ਸਾਹਿਬ ਜਾਂ ਕੇਜਰੀਵਾਲ ਸਾਹਿਬ ਨਹੀਂ ਕਰ ਰਹੇ ਹੈਗੇ। ਸੋ ਪੰਜਾਬ ਦੇ ਵਿੱਚ ਦਿੱਲੀ ਦੀ ਧਿਰ ਵੱਲੋਂ ਬੋਲਣ ਲਈ ਵੀ ਸ਼ਾਇਦ ਜਿਹੜਾ ਮਾਨ ਸਾਹਿਬ 'ਤੇ ਪੂਰਾ ਦਬਾਅ ਹੋਏਗਾ ਅਤੇ ਉੱਧਰੋਂ ਮਾਨ ਸਾਹਿਬ ਦਾ ਆਪਣੀ ਸਾਖ ਨੂੰ ਲੈ ਕੇ ਵੀ ਇੱਕ ਦਬਾਅ ਹੋਏਗਾ ਜਾਂ ਉਹਨਾਂ ਦੀ ਆਪਣੀ ਜਿਹੜੀ ਰਾਜਨੀਤੀ, ਆਪਣਾ ਜਿਹੜਾ ਧੜਾ ਹੈ ਉਹਨੂੰ ਮਜ਼ਬੂਤ ਕਰਨ ਦਾ ਜਾਂ ਉਹਨੂੰ ਉਹਦੀ ਜਿਹੜੇ ਅੰਦਰ ਉਹਦੇ ਅੰਦਰ ਪ੍ਰੈਸ਼ਰ ਬਿਲਡ ਹੋ ਰਿਹਾ ਵਾ ਉਹਨੂੰ ਕੰਟਰੋਲ, ਉਹਨੂੰ ਸੈਟਲ ਕਰਨ ਦਾ, ਉਹਨੂੰ ਦਿਖਾਉਣ ਦਾ ਕਿ ਵੀ ਮੈਂ ਹੈਗਾ ਹਾਂ ਇਹ ਪ੍ਰੈਸ਼ਰ ਦੇ ਵਿੱਚ ਵੀ। ਅਤੇ ਕਿਤੇ ਨਾ ਕਿਤੇ ਖਹਿਰਾ ਸਾਹਿਬ ਇੱਥੇ ਸਫਲ ਹੁੰਦੇ ਲੱਗ ਰਹੇ ਨੇ ਕਿ ਉਹ ਚਾਹੁੰਦੇ ਹੀ ਸੀ ਕਿ ਮਾਨ ਸਾਹਿਬ ਆਉਣ ਪਬਲਿਕ ਦੇ ਵਿੱਚ ਅਤੇ ਉਹ ਬੋਲਣ, ਅਤੇ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਮਾਨ ਸਾਹਿਬ ਨੇ ਉਹ ਉਹਨਾਂ ਦੇ ਉੱਤੇ ਹਮਲਾ ਕਰਨਗੇ,
ਤਾਂ ਉਸ ਹਮਲੇ ਦਾ ਜਿਹੜਾ ਫਾਇਦਾ ਆ ਉਹ ਖਹਿਰਾ ਸਾਹਿਬ ਨੂੰ ਹੀ ਹੋਏਗਾ, ਕਿਉਂਕਿ ਵਲੰਟੀਅਰ ਦੇ ਵਿੱਚ ਉਹਨਾਂ ਨੇ ਭਾਵੁਕਤਾ ਇਸ ਪੱਧਰ ਦੀ ਭਰ ਦਿੱਤੀ ਹੈ, ਭਾਵਨਾ ਬਣ ਚੁੱਕੀ ਹੈ ਕਿ ਜਿਹੜਾ ਵੀ ਖਹਿਰੇ ਦੇ ਖਿਲਾਫ ਬੋਲੇਗਾ ਉਹ ਗੱਦਾਰ ਮੰਨਿਆ ਜਾਏਗਾ, ਉਹ ਪੰਜਾਬ ਦਾ ਧਰੋਈ ਮੰਨਿਆ ਜਾਏਗਾ, ਉਹ ਦਿੱਲੀ ਦਾ ਝੋਲੀ ਚੁੱਕ ਮੰਨਿਆ ਜਾਏਗਾ। ਸੋ ਇੱਥੇ ਬਹੁਤ ਇੱਕ ਰਿਸਕੀ ਸਿਚੁਏਸ਼ਨ ਸੀ ਜਿਹੜੀ ਮਾਨ ਸਾਹਿਬ ਜਿਸ ਸਿਚੁਏਸ਼ਨ ਨੂੰ ਸ਼ਾਇਦ ਸਮਝ ਨਹੀਂ ਸਕੇ, ਜਾਂ ਉਹ ਉਹਨਾਂ ਨੂੰ ਲੱਗਿਆ ਕਿ ਉਹ ਇਸ ਤਰ੍ਹਾਂ ਇਮੋਸ਼ਨਲੀ ਉਹ ਵੀ ਆਪਣੇ ਖੇਡ ਕੇ ਵਲੰਟੀਅਰ ਨੂੰ ਆਪਣੇ ਵੱਲ ਕਰ ਸਕਣਗੇ, ਲੇਕਿਨ ਫਿਲਹਾਲ ਇਸ ਤਰ੍ਹਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਟਰੈਪ ਦੇ ਵਿੱਚ, ਇਸ ਜਾਲ ਦੇ ਵਿੱਚ ਖਹਿਰਾ ਸਾਹਿਬ ਦੇ ਮਾਨ ਸਾਹਿਬ ਫਸਦੇ ਹੋਏ ਨਜ਼ਰ ਆ ਰਹੇ ਨੇ। ਸੋ ਕਿਤੇ ਨਾ ਕਿਤੇ ਇੱਥੇ ਵਲੰਟੀਅਰਸ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਥੋੜ੍ਹਾ ਜਿਹਾ ਅੱਪ ਚੱਲ ਰਹੇ ਨੇ, ਉੱਪਰ ਚੱਲ ਰਹੇ ਨੇ, ਕਿਉਂਕਿ ਇਮੋਸ਼ਨਲੀ ਵਲੰਟੀਅਰ ਇਸ ਟਾਈਮ ਉਹਨਾਂ ਦੇ ਨਾਲ ਨੇ। ਕੁਛ ਨਾ ਕੁਛ ਇਹਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਕਾਂਗਰਸ ਅਤੇ ਅਕਾਲੀ ਦਲ ਭਾਜਪਾ, ਇਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਵੀ ਜਿਹੜੇ ਵਰਕਰਸ ਨੇ ਜਾਂ ਉਹਨਾਂ ਉਹ ਉਹਨਾਂ ਜਿਹੜੀ ਰਣਨੀਤੀ ਆ ਉਹ ਵੀ ਇਸ ਤਰ੍ਹਾਂ ਖਹਿਰੇ ਦੇ ਪੱਖ 'ਚ ਹਵਾ ਬਣਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ, ਨਿਭਾ ਰਹੀ ਹੋਵੇਗੀ ਜ਼ਰੂਰ, ਜਿਹਦੇ ਨਾਲ ਜਿਹੜਾ ਹੈ ਉਹ ਭਗਵੰਤ ਮਾਨ ਹੋਰ ਪ੍ਰੈਸ਼ਰ ਦੇ ਵਿੱਚ ਆਉਣਗੇ। ਅਤੇ ਫਿਲਹਾਲ ਵਲੰਟੀਅਰ ਜਿਹੜੇ ਨੇ ਉਹ ਭਗਵੰਤ ਮਾਨ ਜਾਂ ਕੋਈ ਵੀ ਵੱਡੇ ਤੋਂ ਵੱਡਾ ਲੀਡਰ ਜਿਹੜਾ ਇਸ ਟਾਈਮ, ਜੇ ਉਹ ਦਿੱਲੀ ਦੇ ਪੱਖ ਦੀ ਗੱਲ ਕਰੇਗਾ, ਚਾਹੇ ਉਹ ਸਹੀ ਗੱਲ ਵੀ ਕਰੇ, ਜੇ ਉਹ ਦਿੱਲੀ ਦੇ ਵੱਲ ਦੀ ਗੱਲ ਕਰੇਗਾ, ਚਾਹੇ ਉਹ ਸਹੀ ਗੱਲ ਵੀ ਕਰੇਗਾ, ਅਤੇ ਜਿਹੜੇ ਉਹ ਉਹਨੂੰ ਟਰੋਲ ਦਾ ਵੀ ਸਾਹਮਣਾ ਕਰਨਾ ਪਏਗਾ, ਗੁੱਸੇ ਦਾ ਵੀ ਸਾਹਮਣਾ ਕਰਨਾ ਪਏਗਾ, ਅਤੇ ਉਹਨੂੰ ਜਿਹੜਾ ਟੈਗ ਆ ਦੇ ਪੰਜਾਬ ਦੇ ਗੱਦਾਰ ਦਾ ਜਾਂ ਦਿੱਲੀ ਦੇ ਝੋਲੀ ਚੁੱਕਾ ਦਾ ਉਹਨੂੰ ਦਿੱਤਾ ਹੀ ਜਾਏਗਾ। ਇਸ ਟਾਈਮ ਇਹ ਬਹੁਤ ਇੱਕ ਰਿਸਕੀ ਸਿਚੁਏਸ਼ਨ ਹੈ। ਸੋ ਇਹ ਮਾਨ ਸਾਹਿਬ ਦਾ ਬਣਦਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਸੀ ਕਿ ਉਹ ਇਸ ਸਿੱਧੇ ਹਮਲੇ ਦੀ ਬਜਾਏ ਉਹ ਥੋੜ੍ਹਾ ਜਿਹਾ ਰਣਨੀਤੀ ਦੇ ਨਾਲ ਚੱਲਦੇ, ਪਰ ਜਿੱਦਾਂ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕੱਲ੍ਹ ਦੀ ਆਪਣੀ ਪ੍ਰੈਸ ਕਾਨਫਰੰਸ 'ਚ ਵੀ, ਉਹਨਾਂ ਨੂੰ ਰਣਨੀਤੀਆਂ ਨਹੀਂ ਆਉਂਦੀਆਂ, ਖਹਿਰਾ ਸਾਹਿਬ ਰਣਨੀਤੀਆਂ 'ਚ ਮਾਹਰ ਨੇ, ਉਹ ਪਿੰਡ ਦੇ ਇੱਕ ਸਧਾਰਨ ਇੱਦਾਂ ਨੇ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਆਪਣੀ ਪੇਂਡੂ ਆਡੀਅੰਸ ਨੂੰ ਹੀ ਇਮੋਸ਼ਨਲੀ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਅਤੇ ਇੱਕ ਤਰ੍ਹਾਂ ਉਹ ਚਾਲ 'ਚ ਜਿਹੜੀ ਆ ਖਹਿਰਾ ਸਾਹਿਬ ਦੀ ਚਾਲ 'ਚ ਫਸ ਗਏ ਨੇ। ਸੋ ਜੇ ਹੁਣ ਅੱਗੇ ਭਵਿੱਖ ਦੀ ਗੱਲ ਕਰੀਏ ਤਾਂ ਜੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਚੱਲੀਏ, ਵੋਟਿੰਗ ਪਰਸੈਂਟ ਦੇ ਹਿਸਾਬ ਨਾਲ ਚੱਲੀਏ ਤਾਂ 2014 ਦੇ ਵਿੱਚ ਆਪ ਪਾਰਟੀ ਨੇ ਲੋਕਾਂ ਦਾ ਰੁੱਖ ਆਪ ਪਾਰਟੀ ਦੇ ਵੱਲ ਹੋਇਆ, ਲੋਕ ਦੁਖੀ ਸੀ ਰਵਾਇਤੀ ਪਾਰਟੀਆਂ ਤੋਂ, ਕਾਂਗਰਸ ਤੋਂ ਵੀ ਅਤੇ ਅਕਾਲੀ ਭਾਜਪਾ ਦੇ ਗਠਜੋੜ ਤੋਂ ਵੀ, ਅਤੇ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜ਼ਿਆਦਾ ਨਹੀਂ ਤਾਂ 4 ਸੀਟਾਂ ਦੇ ਨਾਲ ਜਿਹੜੀ ਆਪ ਪਾਰਟੀ ਦਾ ਖਾਤਾ ਖੁੱਲ੍ਹਿਆ, ਪੂਰੇ ਦੇਸ਼ 'ਚ ਕਿਤੇ ਖਾਤਾ ਨਹੀਂ ਖੁੱਲ੍ਹਿਆ ਸੀ, ਆਪ ਪਾਰਟੀ ਦਾ ਖਾਤਾ ਖੁੱਲ੍ਹਿਆ, 4 MP ਗਏ। ਤਾਂ ਜੇ 2017 ਦੇ ਵਿਧਾਨ ਸਭਾ ਦੇ ਚੋਣਾਂ ਉਹਦੇ ਲਿਹਾਜ਼ ਨਾਲ ਦੇਖਦੇ ਤਾਂ ਜੇ 117 ਸੀਟਾਂ ਦੇ ਵਿਧਾਨ ਸਭਾ ਸੀਟਾਂ ਅਤੇ 13 ਲੋਕ ਸਭਾ ਸੀਟਾਂ, ਤਾਂ 117 ਵਿਧਾਨ ਸਭਾ ਸੀਟਾਂ ਦੇ ਤੁਲਨਾ 'ਚ 4 ਲੋਕ ਸਭਾ ਸੀਟਾਂ ਜਿਹੜੀਆਂ ਉਹ ਆਪ ਪਾਰਟੀ ਨੂੰ ਮਿਲੀਆਂ ਸੀ। ਪਰ 3 ਸਾਲਾਂ ਬਾਅਦ ਪਾਰਟੀ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਕਿ ਜੇ ਐਵਰੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਔਸਤਨ 4 ਇੱਕ ਸੀਟ ਦੇ ਪਿੱਛੇ, ਇੱਕ MP ਦੀ ਸੀਟ ਦੇ ਪਿੱਛੇ 4 9 MLA ਦੀਆਂ ਸੀਟਾਂ ਜਿਹੜੀਆਂ ਆ ਉਹ ਆਉਂਦੀਆਂ ਆ ਔਸਤਨ, ਇੱਕ ਜੇ ਮੋਟਾ ਮੋਟਾ ਹਿਸਾਬ ਲਾਈਏ ਤਾਂ ਜ਼ਿਆਦਾ ਨਹੀਂ ਤਾਂ 2017 'ਚ MLA ਦੀਆਂ ਜਿਹੜੀਆਂ 36 ਸੀਟਾਂ ਤਾਂ ਉਸ ਲੋਕ ਸਭਾ ਦੀ ਜਿਹੜੀ ਲਹਿਰ ਆ, ਲੋਕ ਸਭਾ ਦੀ ਜਿਹੜੀ ਲੋਕਾਂ ਦੀ ਭਾਵਨਾ ਆ 2014 ਵਾਲੀ, ਉਹਦੇ ਹਿਸਾਬ ਨਾਲ ਹੀ ਆਉਣੀਆਂ ਚਾਹੀਦੀਆਂ ਸੀ 36 ਸੀਟਾਂ। ਪਰ ਜੇ 2017 ਦੇ ਚੋਣ ਕੈਂਪੇਨ ਦੀ ਗੱਲ ਕਰੀਏ, ਜੋ ਮਾਹੌਲ ਬਣਾਇਆ ਜਾ ਰਿਹਾ ਸੀ, ਤਾਂ 3600 ਸੀਟਾਂ ਦੇ ਮਾਹੌਲ ਦੀ ਗੱਲ ਹੋ ਰਹੀ ਸੀ। ਬਹੁਤ ਸਾਰੇ ਸਰਵੇਸ ਦੇ ਵਿੱਚ ਔਰ ਆਮ ਲੋਕਾਂ ਦੇ ਵਿੱਚ, ਵਲੰਟੀਅਰ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ 100 ਸੀਟਾਂ ਪੱਕੀਆਂ ਨੇ। ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਤੱਕ ਇਹ ਮਾਹੌਲ ਸੀ, ਇੱਕ ਬੜਾ ਉਤਸ਼ਾਹ ਸੀ ਪਾਰਟੀ ਵਲੰਟੀਅਰ 'ਚ ਵੀ, ਸੀਟਾਂ ਆਈਆਂ ਪਈਆਂ ਨੇ। ਪਰ ਜਦੋਂ ਰਿਜ਼ਲਟ ਆਏ ਤਾਂ ਨਾ ਮਾਨ ਸਾਹਿਬ ਆਪਣੀ ਸੀਟ ਬਚਾ ਸਕੇ, ਉਹਨਾਂ ਨੂੰ ਹਾਰਨਾ ਪਿਆ, ਅਤੇ ਹੋਰ ਹਰ ਕੌਂਸਟੀਚੁਐਂਸੀ 'ਚੋਂ ਜਿਨ੍ਹਾਂ ਦੇ ਵਿੱਚ MPs ਜਿੱਤੇ ਹੋਏ ਸੀ ਉਹ ਕੌਂਸਟੀਚੁਐਂਸੀ 'ਚ ਵੀ ਲਗਾਤਾਰ ਹਾਰਾਂ ਹੋਈਆਂ, ਅਤੇ ਜਿਹੜੀ ਗਿਣਤੀ ਆ ਉਹ 20 'ਤੇ ਆ ਕੇ ਸਿਮਟ ਗਈ, ਉੱਥੇ ਆ ਕੇ ਰਹਿ ਗਈ, ਅਤੇ ਜਿਹੜੇ ਹੁਣ 20 ਵੀ ਨੇ ਉਹ 13-12-8 ਵਾਲੀ ਸਥਿਤੀ 'ਚ ਪਹੁੰਚ ਚੁੱਕੇ ਨੇ। ਸੋ ਜੇ ਇਸ ਤਰ੍ਹਾਂ ਇਹ ਟੁੱਟਦਾ ਆ ਅਤੇ ਇਹਦੇ ਨਾਲ ਨੁਕਸਾਨ ਦੋਨਾਂ ਹੀ ਧਿਰਾਂ ਨੂੰ ਹੋਊਗਾ। ਜੇ ਭਵਿੱਖ 'ਚ ਦੇਖਿਆ ਉਹਦੇ 'ਚ ਵੋਟਾਂ ਦੇ ਹਿਸਾਬ ਨਾਲ, ਵੋਟਿੰਗ ਪਰਸੈਂਟ ਦੇ ਹਿਸਾਬ ਨਾਲ ਦੋਨੋਂ ਹੀ ਧਿਰਾਂ, ਨਾ ਹੀ ਮਾਨ ਧਿਰ ਅਤੇ ਨਾ ਹੀ ਖਹਿਰਾ ਧਿਰ ਜਿਹੜੀ ਆ ਉਹ ਫਾਇਦੇ 'ਚ ਨਹੀਂ ਨਜ਼ਰ ਆ ਰਹੀ। ਸੋ ਇਹ ਜਿਹੜਾ ਦਾਰੋਮਦਾਰ ਆ ਸਾਰਾ ਵਲੰਟੀਅਰ ਦੇ ਉੱਤੇ ਆ ਗਿਆ ਕਿ ਜਿਹੜੀ ਬਠਿੰਡਾ ਦੀ ਰੈਲੀ ਆ ਉਹਦੇ 'ਚ ਐਲਾਨ ਕਰ ਦਿੱਤਾ ਖਹਿਰਾ ਸਾਹਿਬ ਨੇ ਕਿ ਜੇ ਦਿੱਲੀ ਪੱਖੀ ਜਿਹੜੇ ਆਗੂ ਨੇ ਉਹ ਜਦੋਂ ਤੁਹਾਡੇ ਇਲਾਕਿਆਂ 'ਚ ਆਉਣ ਤਾਂ ਉਹਨਾਂ ਦਾ ਵਿਰੋਧ ਕਰੋ, ਅਤੇ
ਅੱਜ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮਾਨ ਸਾਹਿਬ ਨੇ ਐਲਾਨ ਕਰਤਾ ਕਿ ਤੁਸੀਂ ਸਾਡੇ ਇਲਾਕਿਆਂ 'ਚ ਵੜ ਕੇ ਦਿਖਾਓ। ਸੋ ਜੇ ਇਹ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਜ਼ਮੀਨੀ ਪੱਧਰ 'ਤੇ ਹੋਰ ਵੀ ਖਹਿਬਾਜ਼ੀ ਨੂੰ, ਲੜਾਈਆਂ ਝਗੜਿਆਂ ਨੂੰ, ਹਿੰਸਾ ਨੂੰ ਵੀ ਜਿਹੜਾ ਆ ਉਤਸ਼ਾਹਿਤ ਕਰ ਸਕਦਾ ਆ। ਪਲੱਸ ਜੇ ਕੱਲ੍ਹ ਇੱਕ ਢਾਂਚਾ ਜਿਹੜਾ ਆਲਰੇਡੀ ਮੌਜੂਦ ਹੈਗਾ, ਸਟੇਟ ਦਾ ਢਾਂਚਾ, ਜ਼ਿਲ੍ਹਿਆਂ ਦਾ ਢਾਂਚਾ ਆਲਰੇਡੀ ਮੌਜੂਦ ਹੈਗਾ, ਕੱਲ੍ਹ ਨੂੰ ਖਹਿਰਾ ਸਾਹਿਬ ਆਪਣਾ ਢਾਂਚਾ ਐਲਾਨ ਕਰਦੇ ਆ, ਉਹਦੇ ਵਿੱਚ ਵੀ ਉਹ ਲੜਾਈਆਂ ਵਧਣਗੀਆਂ। ਬਣਦਾ ਇਹ ਆ ਕਿ ਇਸ ਢਾਂਚੇ, ਇਸ ਲੜਾਈਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਜੇ ਵਲੰਟੀਅਰਸ ਇੱਕ ਦੂਜੇ ਦੇ ਧਿਰਾਂ ਦੇ ਲੀਡਰਾਂ ਦੇ ਆ, ਮੈਂ ਤਾਂ ਕਹੂੰਗਾ ਲਗੇ ਰਹੋ ਮੁੰਨਾ ਭਾਈ ਵਾਂਗ, ਜਿਹੜਾ ਆ ਬਈ ਲੜਨ ਦੀ ਬਜਾਏ ਇੱਕ ਦੂਜੇ ਨੂੰ ਫੁੱਲ ਦੇਣ, ਇੱਕ ਦੂਜੇ ਦੇ ਧਿਰਾਂ ਦੇ ਵਲੰਟੀਅਰਸ ਨੂੰ, ਇੱਕ ਦੂਜੇ ਦੇ ਆਗੂਆਂ ਨੂੰ ਫੁੱਲ ਦੇਣ, ਅਤੇ ਇਹ ਕਹਿਣ ਵੀ ਯਾਰ ਇੱਕ ਵਾਰ ਆਪਾਂ ਠੰਡੇ ਹੋ ਜਾਈਏ, ਆਪਾਂ ਟਲ ਜਾਈਏ, ਚਾਹੇ ਦਿਲ ਨਾ ਮਿਲਣ, ਇੱਕ ਵਾਰ ਜਿਹੜੀ ਆ ਪੰਜਾਬ ਦੇ ਭਲੇ ਲਈ ਮਾਣ ਧਿਰੇ ਧਿਰ ਨੂੰ ਅਤੇ ਖੈਰ ਧਿਰ ਨੂੰ ਉੱਪਰੋਂ ਉੱਪਰੋਂ ਹੀ ਜੇ ਨਹੀਂ ਦਿਲ ਮਿਲਦੇ ਤਾਂ ਆਪਣੇ ਹੱਥ ਜ਼ਰੂਰ ਮਿਲਾ ਲੈਣੇ ਚਾਹੀਦੇ ਆ ਪਾਰਟੀ ਦੇ ਹੱਕ ਦੇ ਵਿੱਚ, ਕਿਉਂਕਿ ਇੰਨੀ ਜਲਦੀ ਤੀਸਰਾ ਬਦਲ ਉਸਾਰਨਾ ਸੰਭਵ ਨਹੀਂ ਆ। ਜਿਹੜੀ ਪਿਛਲੇ ਲਗਭਗ 6-7 ਸਾਲਾਂ ਦੀ ਮਿਹਨਤ ਆ ਉਹ ਵੀ ਪਾਪ ਦੀ ਵੀ ਬੇਕਾਰ ਚਲੀ ਜਾਣੀ ਆ, ਅਤੇ ਨਵੀਂ ਧਿਰ ਜਿਹੜੀ ਆ ਉਹ ਉਸਾਰਨ ਵਿੱਚ ਬਹੁਤ ਸਮਾਂ ਚਲਾ ਜਾਏਗਾ। ਫਿਲਹਾਲ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਅਤੇ ਪੰਜਾਬ ਦੇ ਭਵਿੱਖ ਦੇ ਮੱਦੇਨਜ਼ਰ ਜਿਹੜਾ ਆ ਵਲੰਟੀਅਰਸ ਨੂੰ ਚਾਹੀਦਾ ਕਿ ਉਹ ਦੋਨਾਂ ਧਿਰਾਂ ਦੇ ਆਗੂਆਂ ਮਾਨ ਦੇ ਜਿਹੜੇ ਵਲੰਟੀਅਰਸ ਨੇ ਉਹ ਮਾਨ ਦੇ ਉੱਤੇ ਦਬਾਅ ਬਣਾਉਣ, MLA ਦੇ ਉਹਨਾਂ ਦੇ ਪੱਖੀ MLA ਦੇ ਉੱਤੇ ਦਬਾਅ ਬਣਾਉਣ ਦੀ। ਇੱਧਰੋਂ ਖਹਿਰਾ ਸਾਹਿਬ ਦੇ ਜਿਹੜੇ ਵਲੰਟੀਅਰਸ ਨੇ NRIs ਨੇ ਉਹ ਖਹਿਰਾ ਸਾਹਿਬ ਦੇ MLAs ਦੇ ਉਹਨਾਂ ਦੇ ਉੱਤੇ ਦਬਾਅ ਬਣਾਉਣ ਕਿ ਇੱਕ ਵਾਰ ਇਹ ਏਕਾ ਕਰ ਲਿਆ ਜਾਵੇ, ਅਤੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਬੈਠ ਕੇ ਆਪਣੇ ਜਿਹੜੇ ਆ ਮਸਲੇ ਹੱਲ ਕਰ ਲਏ ਜਾਣ। ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ। ਸੋ ਮੇਰੇ ਖਿਆਲ 'ਚ ਮੈਂ ਆਪਣੇ ਵੱਲੋਂ ਜਿਹੜਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਆ ਬਿਨਾਂ ਕਿਸੇ ਦਾ ਪੱਖ ਲਏ, ਇੱਕ ਆਪਣੀ ਸਮਝ ਅਨੁਸਾਰ ਅਤੇ ਇਤਿਹਾਸ ਅਤੇ ਜਿਹੜੇ ਹੋਰ ਸਿਆਸੀ ਮਾਹਿਰ ਆ ਉਹਨਾਂ ਦੀਆਂ ਜੋ ਦਲੀਲਾਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਦੀ ਜਿਹੜੀ ਆ ਨੂੰ ਆਧਾਰ ਬਣਾ ਕੇ ਇਹ ਕੋਸ਼ਿਸ਼ ਕੀਤੀ ਹੈ ਵਿਸ਼ਲੇਸ਼ਣ ਕਰਨ ਦੀ। ਮੈਂ ਇਹ ਗੱਲ ਵੀ ਕਹਿ ਦੇਣਾ ਚਾਹੁੰਦਾ, ਕੋਈ ਗਰੇਜ਼ ਨਹੀਂ ਕਰਾਂਗਾ ਕਿ ਮੈਂ ਕੋਈ ਸਿਆਸੀ ਮਾਹਿਰ ਨਹੀਂ ਹੈਗਾ, ਬਤੌਰ ਇੱਕ ਪੰਜਾਬੀ ਪੰਜਾਬ ਦੇ ਦਰਦ ਕਰਕੇ ਜਾਂ ਇੱਕ ਪੱਤਰਕਾਰ ਦੇ ਨਾਤੇ ਇੱਕ ਸਹੀ ਤਸਵੀਰ ਜੋ ਕੀ ਹੋ ਸਕਦੀ ਆ, ਇੱਕ ਦਲੀਲ ਆਧਾਰਿਤ ਇੱਕ ਤਰਕ ਆਧਾਰਿਤ ਸਹੀ ਤਸਵੀਰ ਕੀ ਹੋ ਸਕਦੀ ਆ, ਉਹ ਮੈਂ ਇੱਕ ਆਪਣੇ ਸਮਝ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਕੁਝ ਘਾਟਾਂ ਇਹਦੇ ਵਿੱਚ ਇਸ ਵਿਸ਼ਲੇਸ਼ਣ 'ਚ ਹੋਣਗੀਆਂ, ਮੇਰੀ ਸਮਝ ਦੀ ਸੀਮਾ ਹੋ ਸਕਦੀ ਆ। ਸੋ ਇਹਨੂੰ ਅੰਤਮ ਵਿਸ਼ਲੇਸ਼ਣ ਜਾਂ ਇਹਨੂੰ ਅੰਤਮ ਰਾਏ ਨਾ ਸਮਝਿਆ ਜਾਵੇ, ਬਲਕਿ ਆਪਣਾ ਫੀਡਬੈਕ ਦੇ ਕੇ ਤੁਸੀਂ ਇਹਦੇ 'ਚ ਹੋਰ ਕੀ ਸੁਧਾਰ ਮੈਨੂੰ ਕਰਨਾ ਚਾਹੀਦਾ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ, ਇਸ 'ਚ ਹੋਰ ਕਿਹੜੇ ਨਜ਼ਰੀਏ ਜਿਹੜੇ ਮੇਰੇ ਤੋਂ ਛੁੱਟ ਗਏ ਹੋਣਗੇ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ, ਅਤੇ ਬਾਕਾਇਦਾ ਮੈਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਅਗਲੀ ਵੀਡੀਓ 'ਚ ਉਹਨਾਂ ਦੇ ਬਾਰੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਫਿਲਹਾਲ ਮੈਨੂੰ ਇੱਦਾਂ ਲੱਗਦਾ ਕਿ ਏਕੇ ਤੋਂ ਇਲਾਵਾ ਪੰਜਾਬ ਦਾ ਭਵਿੱਖ ਨਹੀਂ ਹੈ। ਸੋ ਅਸੀਂ ਅਰਦਾਸ ਕਰੀਏ, ਦੁਆ ਕਰੀਏ ਕਿ ਇਹ ਜਿਹੜਾ ਰੌਲਾ ਹੈ ਫਿਲਹਾਲ ਇਹ ਟਲ ਜਾਵੇ, ਇਹ ਦੋ ਜੋ ਧੜਿਆਂ ਦੀ ਲੜਾਈ ਹੈ, ਇਹ ਜੋ ਪੰਜਾਬ ਬਨਾਮ ਦਿੱਲੀ ਦੀ ਲੜਾਈ ਬਣਾਈ ਜਾ ਰਹੀ ਹੈ ਜੋ ਨਹੀਂ ਹੈ, ਇਹ ਹਟ ਜਾਵੇ, ਰੁਕ ਜਾਵੇ, ਅਤੇ ਇਹ ਏਕਾ ਹੋਵੇ, ਅਤੇ ਪੰਜਾਬ 'ਚ ਜਿਹੜੀ ਤੀਜੇ ਧਿਰ ਦੇ ਬਦਲ ਦੀ ਸੰਭਾਵਨਾ ਹੈ ਉਹ ਕਾਇਮ ਰਹੇ। ਇੰਨੀਆਂ ਗੱਲਾਂ ਪ੍ਰਵਾਨ ਕਰਨਾ, ਅਗਲੀ ਕਿਸੇ ਵੀਡੀਓ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਾਂ ਕਰਨ ਆਵਾਂਗਾ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।